ਕਈ ਔਰਤਾਂ ਦੇ ਔਰਤਾਂ ਸਿੰਦੀਆਂ ਸੀ ਅੱਜ ਕੱਲ ਬੰਦੇ ਵੀ ਕੱਪੜੇ ਸੀਣ ਲੱਗ ਪਏ ਕੈਂਚੀ ਮੋਚਨੇ ਨਾਲ ਚੱਲਦਾ ਸੀ ਕੰਮ ਵਧੀਆ ਮੁੰਡੇ ਨਾਈਆਂ ਦੇ ਰੱਖਣ ਮਸ਼ੀਨ ਲੱਗ ਪਏ ਵੱਡੀ ਕੋਠੀ ਤੇ ਥੱਲੇ ਹੋਵੇ ਕਾਰ ਵਧੀਆ ਮੁੰਡੇ ਜੱਟਾਂ ਦੇ ਵੇਚਣ ਜ਼ਮੀਨ ਲੱਗ ਪਏ ਮਾਸ ਤੇ ਦਾਰੂ ਉਹਦੇ ਦੀ ਮਹਿੰਗੀ ਹੋ ਗਈ ਜਿੱਤੇ ਦੇ ਬਾਹਮਣ ਬਾਣੀਏ ਖਾਣ ਪੀਣ ਲੱਗ ਪਏ ਜਦੋਂ ਦੇ ਬਾਹਮਣ ਬਾਣੀਏ ਖਾਣ ਪੀਣ ਲੱਗ ਪਏ ਸੋ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਕਹਿੰਦੇ ਰਾਫਲ ਤੀਰਾਂ ਦੀ ਥਾਂ ਜੇ ਮਿਰਚੇ ਕੋਲ ਹੁੰਦੀ ਰਾਫਲ ਤੀਰਾਂ ਦੀ ਥਾਂ ਜੇ ਮਿਰਚੇ ਕੋਲ ਹੁੰਦੀ ਲੰਬੇ ਸਹਿਬਾਂ ਦੇ ਭਾਈਆਂ ਨੂੰ ਉਹ ਪਾ ਲੈਂਦਾ ਅਕਲ ਹੁੰਦੀ ਜੇ ਵੇਚ ਕੇ ਦੁੱਧ ਰਾਂਝਾ ਡੇਰੀ ਫਾਰਮ ਕੀ ਆਪਣੀ ਬਣਾ ਲੈਂਦਾ ਖਾਸ ਡੁੱਬਣ ਤੋਂ ਪਹਿਲਾਂ ਸੋਹਣੀ ਫੋਨ ਕਰਦੀ ਮਹੀ ਵਾਲ ਇੱਕ ਕਿਸ਼ਤੀ ਮੰਗਾ ਲੈਂਦਾ ਪਤਾ ਹੁੰਦਾ ਜੇ ਸੱਸੀ ਨੇ ਸਲਾਹ ਵੀ ਛੱਡਣਾ ਤਾਂ ਪੁੰਨੂ ਰੇਤੇ ਨੂੰ ਬਰਫ਼ ਵੀ ਚਲਾ ਲੈਂਦਾ ਤਾਂ ਪੁੰਨੂ ਰੇਤੇ ਨੂੰ ਬਰਫ਼ ਵੀ ਚਲਾ ਲੈਂਦਾ ਸੋ ਥੈਂਕ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਇਸ ਵਿਆਹ ਦੀ ਲੱਖ ਲੱਖ ਵਧਾਈ ਹੋਵੇ ਲਓ ਜੀ ਲਾੜੇ ਦੇ ਲਈ ਚਾਰ ਗੱਲਾਂ ਕਹਿਣ ਲੱਗਿਆ ਜਿਹੜਾ ਧਿਆਨ ਦੇਣਾ ਕਹਿੰਦੇ ਮੁੰਡਿਆਂ ਵਾਲੀ ਜ਼ਿੰਦਗੀ ਤੇਰੀ ਖਤਮ ਹੋਈ ਹੁਣ ਨਵੀਂ ਜ਼ਿੰਦਗੀ ਚਲਾਓ ਸੇਰਾ ਕਦੀ ਲੂਣ ਹੈ ਨਹੀਂ ਕਦੀ ਮਿਰਚ ਹੈ ਨਹੀਂ ਸੌ ਸੌ ਗੇੜੇ ਬਾਜ਼ਾਰ ਦੇ ਲਵਾਓ ਸੇਰਾ ਕਦੇ ਦਾਲ ਮੁੱਕੀ ਤੇ ਕਦੇ ਮੁੱਕੇ ਆਟਾ ਥੈਲਾ ਸਬਜ਼ੀ ਦਾ ਹੱਥ ਫੜਾਓ ਸੇਰਾ ਪਹਿਲਾਂ ਇੱਕ ਸੀ ਹੁਣ ਟਿਕਟਾਂ ਦੋ ਹੋਈਆਂ ਹੁਣ ਦੋਵਾਂ ਤੋਂ ਹੋਰ ਵਧਾਓ ਸੇਰਾ ਵੀਰ ਪੁੰਨਿਆਂ ਦਾ ਚੱਲਦੇ ਆਇਆ ਸਭ ਨੂੰ ਪਸੰਦ ਹੋਗੀ ਜੱਗ ਤੇ ਰੋਸ਼ਨੀ ਬੜੀਓ ਬੜੀ ਲਾੜੇ ਦਾ ਸੇਰਾ ਚਮਕੇ ਸੇਰੇ ਦੀ ਚਮਕੇ ਲੜੀਓ ਲੜੀ ਲਓ ਜੀ ਕੁਝ ਗੱਲਾਂ ਕਹਿਣ ਦਾ ਮੌਕਾ ਮਿਲਿਆ ਕਹਿੰਦੇ ਰਾਫਲ ਤੀਰਾਂ ਦੀ ਥਾਂ ਜੇ ਮਿਰਚੇ ਕੋਲ ਹੁੰਦੀ ਲੰਬੇ ਸਹਿਬਾਂ ਦੇ ਭਾਈਆਂ ਨੂੰ ਪਾ ਲੈਂਦਾ ਅਕਲ ਹੁੰਦੀ ਜੇ ਵੇਚ ਕੇ ਦੁੱਧ ਰਾਂਝਾ ਡੈਰੀ ਫਾਰਮ ਕਈ ਆਪਣੇ ਬਣਾ ਲੈਂਦਾ ਪਤਾ ਹੁੰਦਾ ਜੇ ਸੱਸੀ ਨੇ ਥਲਾਂ ਵਿੱਚ ਸੜਨਾ ਤਾਂ ਪੁੰਨੂ ਰੇਤੇ ਨੂੰ ਬਰਫ਼ ਵਿੱਚ ਲਾ ਲੈਂਦਾ ਪੁੰਨੂ ਰੇਤੇ ਨੂੰ ਬਰਫ਼ ਵਿੱਚ ਲਾ ਲੈਂਦਾ ਲਓ ਜੀ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਇੱਕ ਗੱਲ ਤੁਹਾਡਾ ਹੋਰ ਸਾਂਝੀ ਕਰਨ ਲੱਗੇ ਹਾਂ ਕਹਿੰਦੇ ਕੱਪੜੇ ਔਰਤਾਂ ਦੇ ਔਰਤਾਂ ਸਿਮਦੀਆਂ ਸੀ ਅੱਜ ਕੱਲ੍ਹ ਬੰਦੇ ਵੀ ਕੱਪੜੇ ਸੀਣ ਲੱਗ ਪਏ ਕੈਂਚੀ ਮੋਜਰੇ ਨਾਲ ਚੱਲਦਾ ਸੀ ਕੰਮ ਵਧੀਆ ਮੁੰਡੇ ਨਾਈਆਂ ਦੇ ਰੱਖਣ ਮਸ਼ੀਨ ਲੱਗ ਪਏ ਵੱਡੀ ਕੋਠੀ ਤੇ ਥੱਲੇ ਹੋਵੇ ਕਾਰ ਵਧੀਆ ਮੁੰਡੇ ਜੱਟਾਂ ਦੇ ਵੇਚਣ ਜ਼ਮੀਨ ਲੱਗ ਪਏ ਮਾਸ ਤੇ ਦਾਰੂ ਉਹਦੇ ਦੀ ਮਹਿੰਗੀ ਹੋ ਗਈ ਜਿੱਦੇ ਦੇ ਬਾਹਮਣ ਬਾਣੀਏ ਪੀਣ ਲੱਗ ਪਏ ਜਿੱਦੇ ਦੇ ਬਾਹਮਣ ਬਾਣੀਏ ਪੀਣ ਲੱਗ ਪਏ ਲਓ ਜੀ ਥੈਂਕਸ ਬਹੁਤ ਬਹੁਤ ਧੰਨਵਾਦ ਹਾਂਜੀ ਬਾਕੀ ਰੇਟ ਦਾ ਹੋਰ ਫਰਕ ਪਿਆ ਹੋਣਾ ਸਮਾਂ ਭਾਵੇਂ ਮਿੰਟ ਸਕਿੰਟਾਂ ਦਾ ਹੋਵੇ ਭਾਵੇਂ ਸਾਲ ਦਾ ਇਹ ਬਹੁਤ ਕੀਮਤੀ ਹੁੰਦਾ ਜੀ ਸਿਆਣੇ ਕਹਿੰਦੇ ਨੇ ਕਿ ਜਿਹੜੇ ਬੰਦੇ ਨੇ 25 ਸਾਲ ਤੋਂ ਲੈ ਕੇ 45 ਸਾਲ ਦੀ ਉਮਰ ਤੱਕ ਕੰਮ ਕਰ ਲਿਆ ਉਹਨੂੰ ਸਾਰੀ ਉਮਰ ਕੰਮ ਕਰਨ ਦੀ ਲੋੜ ਨਹੀਂ ਭਾਵੇਂ ਬੰਦਾ ਵਿਹਲਾ ਬੈਠ ਕੇ ਖਾ ਲੇ ਜੀ 45 ਤੋਂ ਬਾਅਦ ਤਾਂ ਵੈਸੇ ਹੀ ਅੱਡ ਗੋਡੇ ਜਵਾਬ ਦੇ ਜਾਂਦੇ ਨੇ ਜਾਂ ਡਾਕਟਰ ਕਹਿ ਦਿੰਦੇ ਨੇ ਬਾਅਦ ਚ ਚੱਕੋਗੇ ਮਣ ਕੇ ਹੱਲ ਜਾਣਗੇ ਕਹਿੰਦੇ ਇੱਕ ਸਾਲ ਦੀ ਕੀਮਤ ਉਸ ਵਿਅਕਤੀ ਤੋਂ ਪੁੱਛੋ ਜਿਹੜਾ ਫੈਲ ਹੋ ਗਿਆ ਹੋਵੇ ਕਿ ਇੱਕ ਸਾਲ ਦੀ ਕੀ ਕੀਮਤ ਹੁੰਦੀ ਹੈ ਜੀ ਤੇ 6 ਮਹੀਨਿਆਂ ਦੀ ਕੀਮਤ ਉਸ ਕਿਸਾਨ ਤੋਂ ਪੁੱਛੋ ਜਿਹਦੀ ਪੱਕੀ ਪਕਾਈ ਫਸਲ ਖਰਾਬ ਹੋ ਗਈ ਹੋਵੇ ਕਿ 6 ਮਹੀਨਿਆਂ ਦੀ ਕੀ ਕੀਮਤ ਹੁੰਦੀ ਹੈ ਜੀ ਤੇ ਇੱਕ ਮਹੀਨੇ ਦੀ ਕੀਮਤ ਉਸ ਵਿਅਕਤੀ ਤੋਂ ਪੁੱਛੋ ਜਿਹਨੂੰ ਪਿਛਲੇ ਮਹੀਨੇ ਦੀ ਤਨਖਾਹ ਨਾ ਮਿਲੀ ਹੋਵੇ ਬੰਦਾ ਖਰਚੇ ਤੋਂ ਤੰਗ ਹੋਵੇ ਤੇ ਇੱਕ ਹਫ਼ਤੇ ਦੀ ਕੀਮਤ ਉਸ ਬੰਦੇ ਤੋਂ ਪੁੱਛੋ ਜਿਹੜਾ ਇੱਕ ਹਫ਼ਤਾ ਬਿਮਾਰ ਹੋ ਗਿਆ ਹੋਵੇ ਬੰਦਾ ਹਸਪਤਾਲ ਵਿੱਚ ਕੱਟ ਕੇ ਆਇਆ ਹੋਵੇ ਤੇ ਇੱਕ ਦਿਨ ਦੀ ਕੀਮਤ ਉਸ ਬੰਦੇ ਤੋਂ ਪੁੱਛੋ ਜਿਹੜਾ ਸਾਰਾ ਦਿਨ ਭੁੱਖਾ ਰਿਹਾ ਹੋਵੇ ਰੋਟੀ ਨਾ ਨਸੀਬ ਹੋਈ ਹੋਵੇ ਤੇ ਇੱਕ ਘੰਟੇ ਦੀ ਕੀਮਤ ਉਸ ਬੰਦੇ ਤੋਂ ਪੁੱਛੋ ਜਿਹੜਾ ਕਿਸੇ ਦਾ ਇੰਤਜ਼ਾਰ ਕਰਕੇ ਆ ਗਿਆ ਹੋਵੇ ਕੋਈ ਪਹੁੰਚਿਆ ਨਾ ਹੋਵੇ ਤੇ ਇੱਕ ਮਿੰਟ ਦੀ ਕੀਮਤ ਉਸ ਵਿਅਕਤੀ ਤੋਂ ਪੁੱਛੋ ਜਿਹਦੀ 1 ਮਿੰਟ ਪਹਿਲਾਂ ਟ੍ਰੇਨ ਲੰਘੀ ਹੋਵੇ ਬੰਦਾ ਲੇਟ ਹੋ ਗਿਆ ਹੋਵੇ ਤੇ ਇੱਕ ਸਕਿੰਟ ਕਹਿੰਦੇ ਆ 1 ਸਕਿੰਟ ਹੋ ਜਾਂਦਾ ਜੀ 1 ਸਕਿੰਟ ਦੀ ਕੀਮਤ ਉਸ ਵਿਅਕਤੀ ਤੋਂ ਪੁੱਛੋ ਜੋ ਦੁਰਘਟਨਾ ਦੇ ਵਿੱਚ ਬਾਲ ਬਚ ਗਿਆ ਹੋਵੇ ਸਮਾਂ ਭਾਵੇਂ ਮਿੰਟ ਸਕਿੰਟਾਂ ਦਾ ਹੋਵੇ ਭਾਵੇਂ ਸਾਲ ਦਾ ਜੀ ਇਹ ਬਹੁਤ ਕੀਮਤੀ ਹੁੰਦਾ ਜੀ ਸੋ ਮੇਰੀ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਸਮੇਂ ਨੂੰ ਇੱਧਰ ਉੱਧਰ ਯਾਰਾਂ ਦੋਸਤਾਂ ਦੇ ਨਾਲ ਮੋਟਰਸਾਈਕਲਾਂ ਤੇ ਫਿਰ ਕੇ ਜਾਂ ਤਾਸ਼ ਖੇਡ ਕੇ ਨਾ ਗਵਾਓ ਜੀ ਜੇ ਗੱਲ ਵਧੀਆ ਲੱਗੀ ਤਾਂ ਤਾੜੀ ਜ਼ਰੂਰ ਮਾਰ ਦਿਓ ਜੀ ਸਮਾਂ ਹੀ ਐਸੀ ਚੀਜ਼ ਹੈ ਜੀ ਲਾੜੇ ਦੇ ਲਈ ਚਾਰ ਗੱਲਾਂ ਕਹਿਣ ਲੱਗੇ ਆ ਸਾਰਿਆਂ ਨੂੰ ਇਸ ਸ਼ੁਭ ਘੜੀ ਦੀ ਲੱਖ ਲੱਖ ਵਧਾਈ ਕਹਿੰਦੇ ਮੁੰਡਿਆਂ ਵਾਲੀ ਜ਼ਿੰਦਗੀ ਤੇਰੀ ਖਤਮ ਹੋਈ ਤੇ ਨਵੀਂ ਜ਼ਿੰਦਗੀ ਹੁਣ ਚਲਾਓ ਸੇਰਾ
कदे लून है नहीं कदे मिर्च है नहीं, सौ सौ गेड़े बाजार दे लभाऊ सेरा, कदे दाल मुक्की ते कदे मुक्की आटा, थैला सब्जी दा हथ फड़ाऊ सेरा, पहला एक सी हूँ टिकटा दो होइया ते हूँ दोवां तो होर बताऊ सेरा। वीर पुन्नेया दा चंद आया सब नू पसंद, होगी जग ते रोशनी बड़ी ओ बड़ी, साडे बेटे दा सेरा चमके, सेरे दी चमके लड़ी ओ लड़ी, सेरे दी चमके लड़ी ओ लड़ी। कहते कपड़े औरतों के औरतां सीमदियां सी, अजकल बंदे भी कपड़े सीन लग पे, कैची मोजने नाल चलदा सी कम वधिया, मुंडे नाइयां दे रखण मशीन लग पे, वड्डी कोठी ते थले होवे कार वधिया, मुंडे जट्टां दे वेचण जमीन लग पे, मास ते दारू ओदे दी महंगी होगी, जिते दे बामण बाणीए खाण पीण लग पे, जदों दे बामण बाणीए खाण पीण लग पे। सो सारे नूं लख लख वधाई होवे। कहते रफल तीर की थां जे मिर्चे कोल होंदी, रफल तीर की थां जे मिर्चे कोल होंदी, लंबे साहबां दे भाइयां नूं उह पा लैंदा, अकल होंदी जे बेच के दुध रांझा, डेयरी फार्म की अपने बना लैंदा। खास डुबण तो पहला सोहनी फोन करती, मही मालिक किश्ती मंगा लैंदा, पता होंदा जे सस्सी ने साला भी सड़ना, तां पुन्नू रेते नूं बर्फ भी चला लैंदा, तां पुन्नू रेते नूं बर्फ भी चला लैंदा। सो थैंक, बहुत बहुत धन्यवाद। हाँ जी,